ਸੂਰਜ ਸਿਹਤ ਵਿਭਾਗ ਨੇ ਇੱਕ ਬ੍ਰੈਡ ਵਿਕਰੇਤਾ ਦੀ ਦੁਕਾਨ ਤੇ ਰੇਡ ਕਰ ਉਥੋਂ ਦੀ ਬ੍ਰੈਡਾਂ ਨੂੰ ਸੀਲ ਕਰ ਸੈਂਪਲ ਪਰ ਜਾਂਚ ਦੇ ਲਈ ਭੇਜ ਦਿੱਤੇ ਨੇ। ਦਰਅਸਲ ਇੱਕ ਗ੍ਰਾਹਕ ਜਿਸ ਨੇ ਇਹ ਬ੍ਰੈਡ ਖਰੀਦੀ ਸੀ ਉਸ ਵਿੱਚ ਕਾਫੀ ਵੱਡੀ ਗਿਣਤੀ 'ਚ ਫੰਗਸ ਲੱਗੀ ਹੋਈ ਸੀ ਜਿਸ ਦੇ ਚੱਲਦੇ ਉਸਨੇ ਸਿਹਤ ਵਿਭਾਗ ਨੂੰ ਇਸ ਦੀ ਸ਼ਿਕਾਇਤ ਕੀਤੀ। ਸਿਹਤ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਬ੍ਰੈਡ ਵੇਚਣ ਵਾਲੇ ਦੀ ਦੁਕਾਨ ਤੇ ਛਾਪਾ ਮਾਰ ਕੇ ਉਥੋਂ ਪਈ ਬ੍ਰੈਡਾਂ ਦੇ ਸੈਂਪਲ ਲੈ ਕੇ ਜਾਂਚ ਦੇ ਲਈ ਭੇਜ ਦਿੱਤੇ ਨੇ। ਮੈਂ ਬ੍ਰੈਡ ਲੈ ਲਿਆ, ਧਿਆਨ ਨਹੀਂ ਕੀਤਾ, ਲੇਕਿਨ ਜਦੋਂ ਘਰੇ ਆਏ ਇਹ ਬ੍ਰੈਡ ਨੂੰ ਦੇਖਿਆ ਤਾਂ ਤੁਹਾਡੇ ਸਾਹਮਣੇ ਹੈ ਕਿ ਇਸ ਬ੍ਰੈਡ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਇਸਦੇ ਸਪਾਈਸ ਦੇ ਅੰਦਰ ਬੰਦ ਪੈਕਟ ਹੈ। ਇਹਦੇ ਜਿਹੜਾ ਹੈਗਾ ਸਾਰੇ ਫੰਗਸ ਲੱਗੀ ਹੋਈ ਆ, ਉਗਲੀ ਲੱਗੀ ਹੋਈ ਆ, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ। ਆਹ ਦੇਖੋ ਜਿਹੜਾ ਗੌਰ ਦੇ ਨਾਲ ਤੁਸੀਂ ਸਾਰੇ 'ਤੇ ਚੈੱਕ ਕੀਤੀ ਹੈ ਔਰ ਇਹਦੀ ਜਿਹੜੀ ਐਕਸਪਾਇਰੀ ਡੇਟ ਅਸੀਂ ਵਿਭਾਗ 'ਚ ਦੇਖੀ ਉਹ ਤਾਂ ਲਿਖਿਆ 8 ਜੂਨ 2018, ਯਾਨੀ ਕਿ ਕੋਈ ਐਕਸਪਾਇਰ ਨਹੀਂ ਹੋਈ ਬ੍ਰੈਡ, ਲੇਕਿਨ ਐਕਸਪਾਇਰ ਹੋਣ ਤੋਂ ਪਹਿਲਾਂ ਹੀ ਜਿਹੜਾ ਇਹਦਾ ਮਟੀਰੀਅਲ ਹੈ ਇੰਨਾ ਗੰਦਾ ਔਰ ਘਟੀਆ ਹੈ ਕਿ ਲੋਕਾਂ ਦੀ ਸਿਹਤ ਨਾਲ ਬਹੁਤ ਜ਼ਿਆਦਾ ਕੰਪਨੀਆਂ ਖਿਲਵਾੜ ਕਰ ਰਹੀਆਂ ਨੇ। ਬਾਈ ਜਦ ਅਗਰ ਬੱਚੇ ਇਸ ਨੂੰ ਖਾ ਲੈਂਦੇ ਤਾਂ ਮੈਂ ਸਮਝਦਾ ਕਿ ਅਸੀਂ ਬਹੁਤ ਵੱਡੀ ਕੋਈ ਮੁਸੀਬਤ 'ਚ ਪੈ ਸਕਦੇ ਸੀ। ਤਦ ਤੋਂ ਮੈਂ ਬ੍ਰੈਡ ਖਰੀਦੀ ਹੈ, ਉਸਨੇ ਮੈਨੂੰ ਕਿਹਾ ਕਿ ਜੀ ਮੈਂ ਏਜੰਸੀ ਹੋਲਡਰ ਨਾਲ ਗੱਲ ਕਰਦਾ ਜਿਹਦੇ ਕੋਲ ਏਜੰਸੀ ਹੈ ਕਿ ਅਸੀਂ ਉਸ ਤੋਂ ਬ੍ਰੈਡਾਂ ਲੈ ਕੇ ਵੇਚਦੇ ਹਾਂ। ਅਤੇ ਫਿਲਹਾਲ ਹਜੇ ਤੱਕ ਮੈਨੂੰ ਤਕਰੀਬਨ 1 ਘੰਟਾ ਹੋ ਗਿਆ ਉਸ ਬੰਦੇ ਨੂੰ ਸਲਾਹ ਦਿੱਤੀ, ਤੱਕ ਕਿਸੇ ਵੀ ਏਜੰਸੀ ਮਾਲਕ ਨੇ ਜਾਂ ਕੰਪਨੀ ਦੇ ਬੰਦੇ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਮੇਰੀ ਕੋਈ ਸੁਣਵਾਈ ਨਹੀਂ। ਸਾਰੇ ਜਿੰਨੇ ਵੀ ਕਾਊਂਟਰ 'ਤੇ ਸਾਡੀ ਬ੍ਰੈਡ ਜਾਂਦੀ ਹੈ ਅਸੀਂ ਉਹਨਾਂ ਨੂੰ ਇੰਸਟਰਕਸ਼ਨ ਦਿੰਦੇ ਹਾਂ ਕਿ ਡਾਇਰੈਕਟ ਸਨਸ਼ਾਈਨ ਯਾਨੀ ਕਿ ਧੁੱਪ 'ਚ ਬ੍ਰੈਡ ਨਾ ਰੱਖੋ। ਫਿਰ ਵੀ ਦੁਕਾਨਦਾਰ ਕੇਅਰਲੈਸ ਹੁੰਦਾ, ਉਹ ਬ੍ਰੈਡ ਨਹੀਂ ਚੱਕਦਾ, ਜਿਹਦੇ ਕਾਰਨ ਕਿ ਕਈ ਵਾਰੀ ਫੰਗਸ ਆ ਸਕਦੀ ਹੈ। ਲੇਕਿਨ ਅਸੀਂ ਇਹ ਕਹਿ ਨਹੀਂ ਸਕਦੇ ਕਿ ਜ਼ਰੂਰੀ ਆਊਗੀ। ਜੋ ਸੈਂਪਲਿੰਗ ਹੋਈ ਹੈ ਉਹ 12 ਤਰੀਕ ਦੀ ਬ੍ਰੈਡ ਦੀ ਹੋਈ ਹੈ, ਇਹਦੇ ਜੋ ਆਊਗਾ ਜੋ ਵੀ ਹੈ ਉਹ ਕੰਪਨੀ ਤੋਂ ਜਿਵੇਂ ਬ੍ਰੈਡ ਆਉਂਦੀ ਹੈ ਅਸੀਂ ਉਵੇਂ ਸੈਂਪਲਿੰਗ ਦਿੱਤੀ, ਅਸੀਂ ਸਾਈਨ ਕੀਤੇ ਨੇ ਅਤੇ ਜੋ ਵੀ ਹੈ ਕੰਪਨੀ ਉਹਦੀ ਜ਼ਿੰਮੇਵਾਰ ਹੈ ਕਿਉਂਕਿ ਅਸੀਂ ਡੀਲਰ ਹਾਂ, ਅਸੀਂ ਇਹਦੇ ਸਾਡਾ ਕੋਈ ਫਾਲਟ ਨਹੀਂ ਹੈ। ਜੋ ਜਿਹੜੀ ਬ੍ਰੈਡ ਸਾਡੇ ਕੋਲ ਆਫਟਰ ਡੇਟ ਐਕਸਪਾਇਰੀ ਆਉਂਦੀ ਹੈ ਉਹ ਅਸੀਂ ਕੰਪਨੀ ਨੂੰ ਵਾਪਸ ਭੇਜਦੇ ਹਾਂ ਅਤੇ ਉਹ ਕੰਪਨੀ ਸਾਡੇ ਤੋਂ ਰਿਸੀਵ ਕਰਦੀ ਹੈ। ਐਕਸਪਾਇਰੀ ਜਿਹੜੀ ਬ੍ਰੈਡ ਆ ਉਹ ਅਸੀਂ ਚੱਕ ਕੇ ਲਿਆਉਂਦੇ ਹਾਂ। ਕੰਪਲੇਂਟ ਗਈ ਸੀ ਪੱਤਰਕਾਰਾਂ ਦੀ ਕਿ ਜਿਹੜੀ ਇੱਥੇ ਬ੍ਰੈਡ ਹੈ ਉਹਦੇ 'ਚ ਕੋਈ ਪ੍ਰੋਬਲਮ ਹੈ ਅਤੇ ਅਸੀਂ ਆ ਕੇ ਦੇਖਿਆ ਜਿਹੜੀ ਐਕਚੁਅਲੀ ਦੁਕਾਨ 'ਤੇ ਬ੍ਰੈਡ ਸੀਗੀ ਉਹਦਾ 1 ਪੀਸ ਸੀਗਾ, ਉਹਦੇ ਥੋੜ੍ਹੀ ਪ੍ਰੋਬਲਮ ਲੱਗਦੀ ਸੀ, ਪਰ ਕਿਉਂਕਿ 1 ਪੀਸ ਦਾ ਸੈਂਪਲ ਨਹੀਂ ਲਿਆ ਉਹਦਾ, ਉਹਨੇ ਇੱਥੋਂ ਪਰਚੇਜ ਕੀਤੀ ਸੀ। ਫਿਰ ਅਸੀਂ ਇਸ ਦੁਕਾਨ ਤੋਂ ਆ ਕੇ ਸ਼ਿਵ ਬੇਕਰੀ ਨੇੜੇ ਰੇਲਵੇ ਸਟੇਸ਼ਨ, ਉਹਤੋਂ ਫਿਰ 1 ਬ੍ਰੈਡ ਦਾ ਸੈਂਪਲ ਲੈ ਕੇ ਅਸੀਂ ਸੀਲ ਕਰਤਾ, ਉਹਨੂੰ ਲੈਬ 'ਚ ਭੇਜਾਂਗੇ, ਜੋ ਵੀ ਰਿਪੋਰਟ ਆਏਗੀ ਉਹਦੇ ਹਿਸਾਬ ਨਾਲ ਜਿਹੜੀ ਆ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਤਹਿਤ ਕਾਰਵਾਈ ਕੀਤੀ। ਦਵਿੰਦਰ ਖੀਪਲ ਦੀ ਰਿਪੋਰਟ, ਚੈਨਲ 2।